ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਖੋਇਆ ਖਸਖਸ ਜਿਹੜੇ ਆ ਰੋਲ ਬਣਾ ਕੇ ਤਿਆਰ ਕਰਾਂਗੇ। ਇਹ ਰੋਲ ਜਿਹੜੇ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ, ਤੇ ਤੁਸੀਂ ਇਹਨੂੰ ਕਿਸੇ ਵੀ ਪਾਰਟੀ ਦੇ ਲਈ ਜਾਂ ਕਿਸੇ ਵੀ ਫੰਕਸ਼ਨ ਦੇ ਲਈ ਜਾਂ ਕਿਸੇ ਵੀ ਤਿਉਹਾਰ ਦੇ ਉੱਤੇ ਇਹਨੂੰ ਬਣਾ ਕੇ ਘਰ ਦੇ ਵਿੱਚ ਸਰਵ ਕਰ ਸਕਦੇ ਹੋ, ਤੇ ਬਹੁਤ ਹੀ ਆਰਾਮ ਦੇ ਨਾਲ ਆਪਾਂ ਇਹਨੂੰ ਬਣਾ ਸਕਦੇ ਹਾਂ। ਇਹਨੂੰ ਬਣਾਉਣ ਦੇ ਲਈ ਆਪਾਂ 250 ਗ੍ਰਾਮ ਜਿਹੜਾ ਆ ਖੋਇਆ ਲਿਆ ਆ। ਖੋਏ ਨੂੰ ਆਪਾਂ ਭੁੰਨ ਕੇ ਥੋੜਾ ਜਿਹਾ ਤਿਆਰ ਕਰਾਂਗੇ। ਅੱਧੀ ਕੋਲੀ ਜਿਹੜੀ ਖੰਡ ਦੀ ਲਈ ਆ, ਪੀਸੀ ਹੋਈ ਖੰਡ ਲਈ ਆ ਆਪਾਂ। ਖੰਡ ਜਿਹੜੀ ਆ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਲੈਣੀ ਆ, ਤੇ 2 ਚਮਚੇ ਆਪਾਂ ਖਸਖਸ ਲਈ ਆ, 1 ਚਮਚਾ ਜਿਹੜਾ ਆ ਆਪਾਂ ਕੋਕੋ ਪਾਊਡਰ ਜਿਹੜਾ ਆ ਉਹ ਲਿਆ ਆ। ਹੁਣ ਆਪਾਂ ਜਿਹੜਾ ਖੋਇਆ ਆ ਸਾਡਾ, ਇਹਨੂੰ ਅਸੀਂ ਭੁੰਨ ਕੇ ਤਿਆਰ ਕਰ ਲੈਣਾ ਆ। ਖੋਏ ਨੂੰ ਆਪਾਂ ਪਾ ਕੇ ਤੇ ਇਹਨੂੰ ਆਪਾਂ ਸੇਕ ਜਿਹੜਾ ਆ ਬਹੁਤ ਜ਼ਿਆਦਾ ਤੇਜ਼ ਨਹੀਂ ਕਰਨਾ, ਤੇ ਉਦੋਂ ਤੱਕ ਆਪਾਂ ਖੋਏ ਨੂੰ ਭੁੰਨਣਾ ਆ ਜਦੋਂ ਤੱਕ ਜਿਹੜਾ ਆ ਖੋਏ ਦੇ ਵਿੱਚੋਂ ਜਿਹੜਾ ਆ ਘਿਓ ਜਿਹੜਾ ਆ ਆਪਾਂ ਨੂੰ ਨਜ਼ਰ ਨਹੀਂ ਆਉਣ ਲੱਗ ਜਾਂਦਾ। ਜਦੋਂ ਘਿਓ ਛੱਡ ਦੇਵੇ ਖੋਇਆ, ਉਦੋਂ ਤੱਕ ਆਪਾਂ ਇਹਨੂੰ ਭੁੰਨਦੇ ਰਵਾਂਗੇ। ਇਸ ਤਰੀਕੇ ਦੇ ਨਾਲ ਦਬਾ ਦਬਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਮਿਕਸ ਜਿਹਾ ਕਰਨਾ ਆ। ਸਾਰਾ ਜਿਹੜਾ ਖੋਇਆ ਆ ਆਪਾਂ ਇੱਦਾਂ ਚੰਗੀ ਤਰ੍ਹਾਂ ਉਹਨੂੰ ਫੇਂ ਲਿਆ ਆ, ਤੇ 2 ਮਿੰਟ ਹੋ ਗਏ ਆਪਾਂ ਨੂੰ ਇਹਨੂੰ ਭੁੰਨਦੇ ਹੋਏ, ਤੇ ਖੋਏ ਨੇ ਦੇਖੋ ਜਿਹੜਾ ਘਿਓ ਇੱਦਾਂ ਛੱਡਣਾ ਸ਼ੁਰੂ ਕਰ ਦਿੱਤਾ ਆ। 1.5 ਮਿੰਟ ਵਾਸਤੇ ਆਪਾਂ ਇਹਨੂੰ ਹੋਰ ਭੁੰਨਣਾ ਆ, ਫਿਰ ਆਪਾਂ ਜਿਹੜਾ ਗੈਸ ਆ ਬੰਦ ਕਰ ਦੇਣਾ। ਖੋਇਆ ਜਿਹੜਾ ਸਾਡਾ ਚੰਗੀ ਤਰ੍ਹਾਂ ਭੁੰਨਿਆ ਗਿਆ, ਗੈਸ ਆਪਾਂ ਬੰਦ ਕਰ ਦੇਣੀ ਆ, ਤੇ ਇਹਨੂੰ ਆਪਾਂ ਇੱਕ ਪਲੇਟ ਚ ਕੱਢ ਲੈਣਾ ਆ। ਪਲੇਟ ਚ ਕੱਢ ਕੇ ਇਹਨੂੰ ਆਪਾਂ ਥੋੜਾ ਜਿਹਾ ਖਿਲਾਰ ਦੇਣਾ ਆ, ਤੇ ਖਿਲਾਰ ਕੇ ਇਹਨੂੰ ਆਪਾਂ ਠੰਡਾ ਕਰ ਲੈਣਾ ਆ। ਖੋਇਆ ਜਿਹੜਾ ਆ ਸਾਡਾ ਠੰਡਾ ਹੋ ਗਿਆ ਆ, ਹੱਥ ਲੱਗਣਾ ਚਾਹੀਦਾ ਆ ਖੋਏ ਨੂੰ, ਤੇ ਹੁਣ ਆਪਾਂ ਇਹਦੇ ਵਿੱਚ ਖੰਡ ਜਿਹੜੀ ਆ ਪੀਸੀ ਹੋਈ ਉਹ ਮਿਲਾਉਣੀ ਆ, ਤੇ ਇਹ ਆਪਾਂ ਸਵਾਦ ਦੇ ਹਿਸਾਬ ਨਾਲ ਮਿਲਾਵਾਂਗੇ। ਚੰਗੀ ਤਰ੍ਹਾਂ ਆਪਾਂ ਇਹਨੂੰ ਇੱਦਾਂ ਮਿਲਾ ਲੈਣਾ ਹੈ। ਮਿਲਾਉਣ ਤੋਂ ਬਾਅਦ ਇੱਕ ਵਾਰੀ ਖੰਡ ਚੈੱਕ ਕਰ ਲੈਣੀ ਆ, ਜੇ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਫਿਰ ਜਿਹੜੀ ਆ ਹੋਰ ਵੀ ਪਾ ਸਕਦੇ ਹੋ। ਮੈਂ 4-5 ਚਮਚੇ ਜਿਹੜੇ ਆ ਖੰਡ ਤੇ ਪਾਏ ਆ। ਚੰਗੀ ਤਰ੍ਹਾਂ ਮਿਲਾ ਕੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਆਪਾਂ ਇਹਨੂੰ ਮਲਣਾ ਆ, ਖੋਏ ਨੂੰ ਬਿਲਕੁਲ ਆਪਾਂ ਇਹਨੂੰ ਚਿਕਨਾ ਜਿਹਾ ਕਰ ਲੈਣਾ ਆ, ਜਿੱਦਾਂ ਆਪਾਂ ਆਟਾ ਕਰਦੇ ਹਾਂ ਇਸ ਤਰੀਕੇ ਦੇ ਨਾਲ। ਖੋਏ ਨੂੰ ਆਪਾਂ 2 ਮਿੰਟ ਵਾਸਤੇ ਇੱਦਾਂ ਮਲ ਲਿਆ ਆ, ਤੇ ਹੁਣ ਇਹ ਥੋੜਾ ਜਿਹਾ ਇੱਦਾਂ ਪਤਲਾ ਹੋ ਗਿਆ। ਹੁਣ ਆਪਾਂ ਕੀ ਕਰਨਾ, ਇਹਨੂੰ ਬਰਫ਼ ਵਾਲੇ ਖਾਨੇ ਦੇ ਵਿੱਚ ਆਪਾਂ ਰੱਖਾਂਗੇ ਇਹਨੂੰ 15-20 ਮਿੰਟ ਵਾਸਤੇ, ਤਾਂ ਕਿ ਇਹ ਚੰਗੇ ਤਰੀਕੇ ਦੇ ਨਾਲ ਸਖ਼ਤ ਹੋ ਜਾਵੇ। ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਬਾਹਰ ਕੱਢਦੇ ਹਾਂ। 15-20 ਮਿੰਟ ਹੋ ਗਏ ਆ, ਖੋਇਆ ਦੇਖੋ ਜਿਹੜਾ ਸਾਡਾ ਠੰਡਾ ਹੋ ਗਿਆ, ਤੇ ਠੰਡਾ ਹੋ ਕੇ ਸਖ਼ਤ ਹੋ ਗਿਆ। ਇਸ ਤਰੀਕੇ ਦਾ ਖੋਇਆ ਜਿਹੜਾ ਆ ਉਹ ਆਪਾਂ ਨੂੰ ਚਾਹੀਦਾ ਸੀ। ਹੁਣ ਅਸੀਂ ਖੋਏ ਨੂੰ 2 ਹਿੱਸੇ ਕਰਨੇ ਆ ਆਪਾਂ ਇਹਦੇ ਖੋਏ ਦੇ, ਇਸ ਤਰੀਕੇ ਦੇ ਨਾਲ ਇੱਕ ਛੋਟਾ ਹਿੱਸਾ ਕਰਨਾ ਆ, ਤੇ ਇੱਕ ਜਿਹੜਾ ਆ ਆਪਾਂ ਥੋੜਾ ਜਿਹਾ ਜ਼ਿਆਦਾ ਕਰਨਾ। ਇਹਦੇ ਵਿੱਚ ਆਪਾਂ ਜਿਹੜਾ ਅਸੀਂ ਕੋਕੋ ਪਾਊਡਰ ਲਿਆ ਆ ਇਹ ਆਪਾਂ ਚੰਗੀ ਤਰ੍ਹਾਂ ਮਿਲਾਉਣਾ ਆ। ਚੰਗੀ ਤਰ੍ਹਾਂ ਆਪਾਂ ਇਹਨੂੰ ਕੋਕੋ ਪਾਊਡਰ ਸੀ ਜਿਹੜਾ ਸਾਡਾ ਚੋਕਲੇਟ ਕਲਰ ਦਾ ਪਾਊਡਰ ਆ ਉਹਨੂੰ ਆਪਾਂ ਖੋਏ ਦੇ ਵਿੱਚ ਮਿਲਾ ਲਿਆ ਆ, ਤੇ ਹੁਣ ਆਪਾਂ ਇਹਨੂੰ ਬੇਲ ਕੇ ਤਿਆਰ ਕਰਨਾ ਹੈ। ਉਹਨੂੰ ਬੇਲਣ ਤੋਂ ਪਹਿਲਾਂ ਆਪਾਂ ਜਿਹੜਾ ਫੋਇਲ ਪੇਪਰ ਲਿਆ ਆ ਇਹਦੇ ਉੱਤੇ ਆਪਾਂ ਘਿਓ ਜਾਂ ਮੱਖਣ ਕੁਛ ਵੀ ਤੁਸੀਂ ਲਗਾਉਣਾ ਚਾਹੋ ਉਹ ਲਗਾ ਸਕਦੇ ਹੋ। ਪਹਿਲਾਂ ਆਪਾਂ ਉਹ ਇਹਦੇ 'ਤੇ ਲਾ ਕੇ ਤਿਆਰ ਕਰ ਲੈਣਾ ਹੈ। ਹੁਣ ਇਹਨੂੰ ਆਪਾਂ ਇਸ ਸੈਂਟਰ ਦੇ ਵਿੱਚ ਰੱਖ ਲੈਣਾ, ਤੇ ਇਹਨੂੰ ਆਪਾਂ ਉੱਪਰੋਂ ਦੀ ਇਹਦਾ ਮੋੜ ਲੈਣਾ ਹੈ।
ਤੇ ਬੇਲਣੇ ਦੇ ਨਾਲ ਆਪਾਂ ਇਹਨੂੰ ਹੌਲੀ ਹੌਲੀ ਬੇਲਾਂਗੇ। जिन्ना ज्यादा आपां इहनूं बेल सकदे हां पतला तां उस तरीके नाल आपां इहनूं बेल लैणा है। आ देखो इस तरीके नाल आपां इहनूं बेल लिया ते जिहड़ा साडा दूसरा आपां खोया रखिया आ उह वी आपां जिहड़ा आ इसे तरीके नाल बेल के तैयार करना है। इहनूं वी आपां जिहड़ा आ तां घिओ ला लिया इहदे उत्ते इनू भी अपा बेल के तैयार कर लिया है। इनू हुण अपा जिहड़ा चॉकलेट वाली अपा जिहड़ी बनाई है बेल के अपा मावा जिहड़ा तैयार किया है इनू अपा उहदे उत्ते सैट करना है। ਏਦਾਂ ਆਪਾਂ ਹੱਥ ਦੇ ਨਾਲ ਇਹਨੂੰ ਥੋੜ੍ਹਾ ਥੋੜ੍ਹਾ ਏਦਾਂ ਦੱਬਾਂਗੇ ਤਾਂ ਕਿ ਇਹ ਆਰਾਮ ਦੇ ਨਾਲ ਨਿਕਲ ਜਾਵੇ। ਤੇ ਜਿਹੜੀ ਆ ਅੱਗਿਓਂ ਸਾਈਡ ਤੇ ਜਿਹੜੀ ਆਪਣੀ ਜ਼ਿਆਦਾ ਚੋਕਲੇਟ ਆਈ ਹੈ ਇਹਨੂੰ ਆਪਾਂ ਬਾਅਦ ਚੋਂ ਸੈੱਟ ਕਰ ਲੈਣਾ ਆ ਤੇ ਇਹਨੂੰ ਹੁਣ ਆਪਾਂ ਇਧਰਲੀ ਸਾਈਡ ਤੋਂ ਪਾੜ ਦੇਣਾ ਤੇ ਇਹਨੂੰ ਆਪਾਂ ਦੁਬਾਰੇ ਇਸ ਤਰੀਕੇ ਦੇ ਨਾਲ ਫੋਲਡ ਕਰਨਾ ਹੈ। ਰੋਲ ਜਿਹੜਾ ਸਾਡਾ ਬਣ ਕੇ ਤਿਆਰ ਆ ਇਹਨੂੰ ਹੁਣ ਆਪਾਂ ਮੋੜ ਕੇ ਤੇ ਫਰਿੱਜ ਦੇ ਵਿੱਚ ਆਪਾਂ ਸੈੱਟ ਹੋਣ ਲਈ ਰੱਖਾਂਗੇ। ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਇਹਦੇ ਪੀਸ ਕੱਟ ਕੇ ਤਿਆਰ ਕਰਾਂਗੇ। ਅੱਧਾ ਘੰਟਾ ਹੋ ਗਿਆ ਰੋਲ ਜਿਹੜਾ ਸਾਡਾ ਚੰਗੇ ਤਰੀਕੇ ਦੇ ਨਾਲ ਇਹਦਾ ਸਖ਼ਤ ਹੋ ਗਿਆ ਆ। ਇਹਨੂੰ ਹੁਣ ਆਪਾਂ ਇੱਦਾਂ ਸਾਈਡਾਂ ਇਹਦੀਆਂ ਜਿਹੜੀਆਂ ਕੱਟ ਦੇਣੀਆਂ ਹੈ। ਸਾਰੇ ਆਪਾਂ ਇਹਦੇ ਪੀਸ ਜਿਹੜੇ ਆ ਇਸੇ ਤਰੀਕੇ ਨਾਲ ਕੱਟ ਕੇ ਤਿਆਰ ਕਰ ਲੈਣੇ। ਪੀਸ ਜਿਹੜੇ ਸਾਡੇ ਕੱਟ ਕੇ ਤਿਆਰ ਨੇ ਹੁਣ ਆਪਾਂ ਇਹਨੂੰ ਇਹਦਾ ਖਸਖਸ ਜਿਹੜੀ ਆ ਇਹਦੇ ਆਲੇ ਦੁਆਲੇ ਲਾ ਦੇਣੀ ਆ। ਸਾਰੇ ਜਿਹੜੇ ਸਾਡੇ ਰੋਲ ਆ ਖਸਖਸ ਲਾ ਕੇ ਆਪਾਂ ਤਿਆਰ ਕਰ ਲਏ ਆ। ਦੇਖੋ
ਤੇ ਬਰਫੀ ਜਿਹੜੀ ਆ ਦੇਖੋ ਬਹੁਤ ਹੀ ਵਧੀਆ ਜਿਹੜੀ ਆ ਸਾਡੀ ਬਣ ਕੇ ਤਿਆਰ ਹੋਈ ਆ ਨਰਮ ਵੀ ਬਹੁਤ ਜ਼ਿਆਦਾ ਆ ਤੇ ਅੰਦਰੋਂ ਜਿਹੜੀ ਇਹਦੀ ਫਿਲਿੰਗ ਆ ਭਰੀ ਹੋਈ ਆਪਾਂ ਉਹ ਵੀ ਬਹੁਤ ਵਧੀਆ ਲੱਗ ਰਹੀ ਹੈ ਦੇਖੋ ਕਿਸ ਤਰੀਕੇ ਦੇ ਨਾਲ ਅੰਦਰੋਂ ਇਹਦਾ ਰੋਲ ਬਣਿਆ ਆ ਇਹਨੂੰ ਹੁਣ ਆਪਾਂ ਪਲੇਟ ਚ ਸਜਾ ਲੈਣਾ ਹੈ ਖਸਖਸ ਮਾਵਾ ਰੋਲ ਸਾਡੇ ਬਣ ਕੇ ਤਿਆਰ ਨੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਤੇ ਇਹਨੂੰ ਬਸ ਬਣਾਉਣ ਲੱਗੇ ਥੋੜਾ ਜਿਹਾ ਜਦੋਂ ਬਸ ਇਹਨੂੰ ਤੁਸੀਂ ਖੋਏ ਨੂੰ ਮਸਲਣਾ ਆ ਤੇ ਉਸ ਤੋਂ ਬਾਅਦ ਇਹਨੂੰ ਫਰਿੱਜ ਦੇ ਵਿੱਚ ਸੈੱਟ ਕਰ ਲੈਣਾ ਹੈ ਤੇ ਜਦੋਂ ਤੁਸੀਂ ਇਹਨੂੰ ਬੇਲਣਾ ਆ ਉਸ ਟਾਈਮ ਵੀ ਜੇ ਤੁਹਾਨੂੰ ਲੱਗੇ ਕਿ ਇਹ ਥੋੜਾ ਜਿਹਾ ਪਤਲਾ ਆ ਨਹੀਂ ਆਰਾਮ ਨਾਲ ਬੇਲਿਆ ਜਾ ਸਕਦਾ ਉਸ ਟਾਈਮ ਵੀ ਤੁਸੀਂ ਇਹਨੂੰ ਫਰਿੱਜ ਦੇ ਵਿੱਚ ਰੱਖ ਕੇ ਸੈੱਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹਨੂੰ ਬੇਲ ਲੈਣਾ ਇਸੇ ਤਰੀਕੇ ਦੇ ਨਾਲ ਇਹਨੂੰ ਬਣਾਇਓ ਤੇ ਖਾਇਓ ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਆ ਕਰੋ ਹਰ ਇੱਕ ਵੀਡੀਓ ਨੂੰ ਫੈਮਿਲੀ ਔਰ ਫਰੈਂਡਸ ਦੇ ਨਾਲ ਜੇ ਚੈਨਲ ਤੇ ਪਹਿਲੀ ਵਾਰੀ ਆ ਕੇ ਸਾਡੀ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਇਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।